देश दुनिया की हर वड्डी खबर लई हुणे डाउनलोड करो नंबर 1 न्यूज़ ऐप दैनिक सवेरा टाइम्स। ਸਮੇਤ ਸਿੰਘ ਸੈਣੀ ਨੂੰ ਅੱਜ ਚੌਥੀ ਵਾਰ ਸਿੱਟੇ ਵੱਲੋਂ ਬੁਲਾਇਆ ਗਿਆ ਸੀ, ਸਾਹਮਣੇ ਭੇਜਿਆ ਗਿਆ ਸੀ। ਤੁਸੀਂ ਦੇਖ ਸਕਦੇ ਹੋ ਕਿ ਸਮੇਤ ਸੈਣੀ ਇਸ ਵਕਤ ਆ ਚੁੱਕੇ ਨੇ। ਸਮੇਤ ਸੈਣੀ ਗੱਡੀ ਦੇ ਵਿੱਚੋਂ ਨਿਕਲ ਰਹੇ ਨੇ, CH 01 GA 1507 ਇਹ ਗੱਡੀ ਦਾ ਨੰਬਰ ਹੈਗਾ ਅਤੇ ਸਮੇਤ ਸੈਣੀ ਬਾਹਰ ਨਿਕਲ ਕੇ ਪੁਲਿਸ ਦੇ ਘੇਰੇ ਦੇ ਵਿੱਚ ਉਹਨਾਂ ਨੂੰ ਅੰਦਰ ਲਿਜਾਇਆ ਜਾ ਰਿਹਾ ਹੈਗਾ। ਚੌਥੀ ਵਾਰ ਸਮੇਤ ਸੈਣੀਆਂ ਜਾਏ ਨੇ ਕਿਉਂਕਿ ਇਸ ਤੋਂ ਪਿਛਲੀ ਵਾਰ ਸਮੇਤ ਸੈਣੀ ਵੱਲੋਂ ਇਹ ਦਿੱਤਾ ਗਿਆ ਸੀ, ਮੈਡੀਕਲ ਦੇ ਉੱਤੇ ਲੀਵ ਦਿੱਤੀ ਗਈ ਸੀ ਕਿ ਉਹ ਨਹੀਂ ਆਉਣਗੇ ਅਤੇ ਉਹ ਵਾਕਈ ਹੀ ਨਹੀਂ ਆਏ ਅਤੇ ਚੌਥੀ ਵਾਰ ਫਿਰ ਉਹਨਾਂ ਨੂੰ ਇਹ ਭੇਜਿਆ ਗਿਆ ਹੈਗਾ। ਸਮੇਤ ਸੈਣੀ ਕੁਛ ਬੋਲਣਾ ਚਾਹੁੰਦੇ ਸੀ ਸ਼ਾਇਦ, ਪਰੰਤੂ ਉਹ ਇਹ ਸੁਰੱਖਿਆ ਘੇਰੇ ਦੇ ਕਾਰਨ ਕੁਛ ਬੋਲ ਨਹੀਂ ਸਕੇ ਨੇ। ਤੁਸੀਂ ਦੇਖ ਸਕਦੇ ਹੋ ਕਿ ਅੰਦਰ ਜਾ ਰਹੇ ਹੈਗੇ ਨੇ ਅੱਜ ਉਹ। ਪਹਿਲੀ ਵਾਰ ਸਮੇਤ ਸੈਣੀ ਨੂੰ ਜਦੋਂ ਇੱਥੋਂ ਸਾਹਮਣੇ ਭੇਜਿਆ ਗਿਆ ਸੀ ਤਾਂ ਸਮੇਤ ਸੈਣੀ ਇੱਥੇ ਨਹੀਂ ਸੀ ਆ ਸਕੇ ਕਿਉਂਕਿ ਦੂਸਰੀ ਵਾਰ ਉਹ ਫਿਰ ਆਏ ਅਤੇ ਉਹਨਾਂ ਤੋਂ 6 ਘੰਟੇ ਦੀ ਪੁੱਛਗਿੱਛ ਹੋਈ ਸੀ। ਉਸ ਪੁੱਛਗਿੱਛ ਦੇ ਦੌਰਾਨ ਸਮੇਤ ਸੈਣੀ ਤੋਂ ਕੁਛ ਅਜਿਹੇ ਕੁਐਸਚਨ ਪੁੱਛੇ ਗਏ ਸੀ ਜਿਨ੍ਹਾਂ ਦਾ ਆਂਸਰ ਸਿੱਟ ਨੂੰ ਠੀਕ ਨਹੀਂ ਸੀ ਲੱਗਿਆ, ਇਸ ਕਰਕੇ ਸਿੱਟ ਨੇ ਸਮੇਤ ਸੈਣੀ ਨੂੰ ਫਿਰ ਤੋਂ ਬੁਲਾਇਆ। ਤੁਸੀਂ ਦੇਖ ਸਕਦੇ ਹੋ ਪਿੱਛੇ ਕੋਈ ਇਸ਼ਾਰਾ ਕਰ ਰਹੇ ਨੇ, ਸਮੇਤ ਸੈਣੀ ਵਾਪਸ ਮੁੜੇ ਹੋਏ ਨੇ, ਸ਼ਾਇਦ ਸੁਰੱਖਿਆ ਪ੍ਰਬੰਧਾਂ ਤੋਂ ਉਹ ਖੁਸ਼ ਨਹੀਂ ਨੇ। ਕੁਛ ਬੋਲਦੇ ਜਾ ਰਹੇ ਨੇ ਜੋ ਇਸ ਮਟੌਰ ਥਾਣੇ ਦੇ ASI IO ਹੈਗੇ ਨੇ, ਉਹਨਾਂ ਦੇ ਨਾਲ ਜਾ ਰਹੇ ਨੇ, ਉਹਨਾਂ ਨੂੰ ਸੁਰੱਖਿਆ ਦੇ ਕੇ ਉਹਨਾਂ ਨੂੰ ਆਫਿਸ ਤੱਕ ਲਿਜਾਇਆ ਜਾ ਰਿਹਾ ਹੈਗਾ। ਤੁਸੀਂ ਦੇਖ ਸਕਦੇ ਹੋ ਕਿ ਬਲੂ ਕਲਰ ਦਾ ਕੋਟ ਅਤੇ ਉਹਨਾਂ ਨੇ ਗ੍ਰੇ ਕਲਰ ਦੀ ਪੈਂਟ ਪਾਈ ਹੋਈ ਹੈ। ਸੋ ਇਹ ਸਾਰਾ ਜਿਹੜਾ ਮਾਮਲਾ ਹੈਗਾ ਸਮੇਤ ਸੈਣੀ ਤੋਂ ਜਦੋਂ ਦੂਸਰੀ ਵਾਰ 6 ਘੰਟੇ ਲੰਬੀ ਪੁੱਛਗਿੱਛ ਹੋਈ ਹੈ ਤਾਂ ਉਸ ਪੁੱਛਗਿੱਛ ਦੇ ਦੌਰਾਨ ਉਹਨਾਂ ਵੱਲੋਂ ਕੁਛ ਜਿਹੜੇ ਆਂਸਰ ਨੇ ਉਹ ਸਹੀ ਤਰ੍ਹਾਂ ਨਹੀਂ ਦਿੱਤੇ ਗਏ, ਜਿਸ ਕਰਕੇ ਸਿੱਟ ਨੇ ਉਹਨਾਂ ਨੂੰ ਫਿਰ ਤੋਂ ਬੁਲਾਇਆ ਹੈਗਾ ਕਿਉਂਕਿ ਸਿੱਟ ਨੇ ਉਸ ਵਕਤ ਉਹਨਾਂ ਤੋਂ ਪੁੱਛਿਆ ਕਿ ਉਹਨਾਂ ਦਾ ਮੋਬਾਈਲ ਨੰਬਰ ਕੀ ਹੈ ਤਾਂ ਸਮੇਤ ਸੈਣੀ ਮੋਬਾਈਲ ਨੰਬਰ ਦੇਣ ਤੋਂ ਹੀ ਮੁੱਕਰ ਗਏ ਜੋ ਕਹਿੰਦੇ ਕਿ ਮੈਨੂੰ ਯਾਦ ਨਹੀਂ ਆ ਰਿਹਾ ਹੈਗਾ। ਉਸ ਤੋਂ ਬਾਅਦ ਸਮੇਤ ਸੈਣੀ ਨੂੰ ਪੁੱਛਿਆ ਗਿਆ ਕਿ ਦਿੱਲੀ ਕਿਸ ਐਡਰੈਸ ਦੇ ਉੱਤੇ ਠਹਿਰੇ ਹੋਏ ਸੀ, ਉਦੋਂ ਵੀ ਸਮੇਤ ਸੈਣੀ ਕਹਿੰਦੇ ਜੀ ਮੈਨੂੰ ਐਡਰੈਸ ਭੁੱਲ ਗਿਆ। ਸੋ ਅਜਿਹੇ ਬਹੁਤ ਸਾਰੇ ਆਂਸਰ ਸੀਗੇ ਜਿਹੜੇ ਕਿ ਸਿੱਟ ਨੇ ਕਿਹਾ ਕਿ ਇਹਨਾਂ ਦੀ ਤਫਤੀਸ਼ ਦੁਬਾਰਾ ਹੋਣੀ ਚਾਹੀਦੀ ਹੈ। ਇਸ ਕਰਕੇ ਸਮੇਤ ਸੈਣੀ ਨੂੰ ਤੀਸਰੀ ਵਾਰ ਜਦੋਂ ਸਾਹਮਣੇ ਭੇਜਿਆ ਗਿਆ ਤਾਂ ਸਮੇਤ ਸੈਣੀ ਕਹਿੰਦੇ ਕਿ ਮੇਰੇ ਗੋਡਿਆਂ ਦੇ ਵਿੱਚ ਦਰਦ ਹੈ, ਉਹਨਾਂ ਵੱਲੋਂ ਮੈਡੀਕਲ ਭੇਜਿਆ ਗਿਆ ਪਰੰਤੂ ਉਹ ਪੇਸ਼ ਨਹੀਂ ਹੋਏ। ਸੋ ਇਹ ਸਾਰੀਆਂ ਚੀਜ਼ਾਂ ਨੂੰ ਇਸ ਇੱਕ ਵਾਰ ਫਿਰ ਤੋਂ ਜਸਟੀਫਾਈ ਕਰਨ ਵਾਸਤੇ ਸਿੱਟ ਵੱਲੋਂ ਇੱਕ ਵਾਰ ਫਿਰ ਸਮੇਤ ਸੈਣੀ ਨੂੰ ਅੱਜ ਬੁਲਾਇਆ ਗਿਆ ਹੈ। ਜਿਹੜੇ ਆਂਸਰ ਕੁਐਸਚਨ ਰਹਿੰਦੇ ਹੈਗੇ ਨੇ ਉਹਨਾਂ ਦੇ ਕੁਐਸਚਨਰ 'ਚੋਂ ਬਣਾਏ ਹੋਏ ਜਾਂ ਜੋ ਕੁਛ ਸਮੇਤ ਸੈਣੀ ਕੋਲੋਂ ਪੁੱਛਣਾ ਚਾਹੁੰਦੀ ਹੈ ਸਿੱਟ, ਉਹ ਸਵਾਲ ਜਵਾਬ ਬਾਹਰ ਨਹੀਂ ਆ ਸਕੇ ਨੇ ਕਿਉਂਕਿ ਇਹ ਸਿੱਟ ਹੈ ਜਿਹੜੀ ਇਹ ਮੋਹਾਲੀ ਦੀ ਸੈਸ਼ਨ ਕੋਰਟ ਦੇ ਕਹਿਣ ਦੇ ਉੱਤੇ ਬਣੀ ਗਈ ਹੈ, ਕੰਸਟੀਚਿਊਟ ਕੀਤੀ ਗਈ ਹੈ। ਸੋ ਇਸ ਸਿੱਟ ਨੇ ਜੋ ਮੁਲਤਾਨੀ ਕੇਸ ਦੇ ਵਿੱਚ ਜੋ ਫਾਈਂਡਿੰਗ ਆਊਟਸ ਹੈਗੀਆਂ ਨੇ ਉਹਨਾਂ ਨੂੰ ਸਾਹਮਣੇ ਲਿਆਉਣਾ ਹੈਗਾ ਕਿਉਂਕਿ ਹਾਲਾਂਕਿ 29 ਸਾਲ ਪੁਰਾਣਾ ਇਹ ਕੇਸ ਹੈਗਾ ਅਤੇ ਇਹਦੇ ਵਿੱਚ ਪਰਚਾ ਇੱਕ ਵਾਰੀ CBI ਵੱਲੋਂ ਦਰਜ ਕੀਤਾ ਗਿਆ ਪਰੰਤੂ ਉਹ ਪਰਚਾ ਵੀ ਟੈਕਨੀਕਲ ਕਾਰਨਾਂ ਕਰਕੇ ਸੁਪਰੀਮ ਕੋਰਟ ਦੇ ਵਿੱਚ ਸਮੇਤ ਸੈਣੀ ਵੱਲੋਂ ਖਾਰਜ ਕਰਵਾ ਦਿੱਤਾ ਗਿਆ ਸੀ। ਸੋ ਹੁਣ ਵੀ ਸਮੇਤ ਸੈਣੀ ਦੀ ਇਹ ਕੋਸ਼ਿਸ਼ ਹੈਗੀ ਹੈ ਕਿ ਪਹਿਲਾਂ ਉਹ ਹਾਈਕੋਰਟ ਇਸ ਪਰਚੇ ਨੂੰ ਲੈ ਕੇ ਗਏ, ਫਿਰ ਉਸ ਤੋਂ ਬਾਅਦ ਸਮੇਤ ਸੈਣੀ ਸੁਪਰੀਮ ਕੋਰਟ ਗਏ ਅਤੇ ਇਹ ਪਰਚਾ ਖਾਰਜ ਹੋ ਜਾਵੇ ਜਾਂ ਇਹਦੀ ਜਿਹੜੀ ਇਨਵੈਸਟੀਗੇਸ਼ਨ ਹੈ ਜਾਂ ਇਹ ਜੋ ਕੇਸ ਚੱਲ ਰਿਹਾ ਹੈ ਮੋਹਾਲੀ ਦੀ ਸੈਸ਼ਨ ਕੋਰਟ ਦੇ ਵਿੱਚ ਇਸ ਨੂੰ ਬਾਹਰ ਹਰਿਆਣੇ ਦੀ ਕਿਸੇ ਕੋਰਟ ਦੇ ਵਿੱਚ ਤਬਦੀਲ ਕੀਤਾ ਜਾਵੇ, ਅਜਿਹੀਆਂ ਕੋਸ਼ਿਸ਼ਾਂ ਸਮੇਤ ਸੈਣੀ ਵੱਲੋਂ ਜਾਰੀ ਹੈਗੀਆਂ ਨੇ। ਉਹਨਾਂ ਨੂੰ ਬਲੈਂਕਟ ਬੇਲ ਵੀ ਉਹਨਾਂ ਨੇ ਲੱਤੀ ਹੋਈ ਹੈ ਅਤੇ ਉਸ ਤੋਂ ਬਾਅਦ ਜੇਕਰ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ ਤਾਂ ਉਸ ਗ੍ਰਿਫਤਾਰੀ ਦੇ ਵਿੱਚ ਉਹਨਾਂ ਨੂੰ ਪਹਿਲਾਂ ਦੱਸਣਾ ਪਵੇਗਾ ਕਿ ਕਿਸ ਕੇਸ ਦੇ ਵਿੱਚ ਗ੍ਰਿਫਤਾਰੀ ਹੋਈ ਹੈ। ਸੋ ਹਾਲਾਂਕਿ ਇਸ ਕੇਸ ਤੋਂ ਬਾਅਦ ਤਕਰੀਬਨ 15 ਦਿਨ ਪਹਿਲਾਂ ਸਮੇਤ ਸੈਣੀ ਨੂੰ ਬਹਿਵਲ ਕਾਂਡ ਅਤੇ ਕੋਟਕਪੂਰਾ ਗੋਲੀ ਕਾਂਡ ਦੇ ਵਿੱਚ ਵੀ ਉਹਨਾਂ ਨੂੰ ਸ਼ਮੂਲੀਅਤ ਉਹਨਾਂ ਦੀ ਕੀਤੀ ਗਈ ਹੈ, FIR ਦਰਜ ਕੀਤੀ ਗਈ ਹੈ। ਸੋ ਬਹੁਤ ਸਾਰੀਆਂ ਔਕੜਾਂ ਸਮੇਤ ਸੈਣੀ ਦੇ ਸਾਹਮਣੇ ਇਸ ਵਕਤ ਆ ਚੁੱਕੀਆਂ ਨੇ ਕਿ ਸਮੇਤ ਸੈਣੀ ਇਸ ਵਕਤ ਕੋਰਟ ਦੀ ਜੋ ਉਹਨਾਂ ਦੇ ਉੱਤੇ ਵਿਸ਼ਵਾਸ ਕੀਤਾ ਜਾ ਰਿਹਾ, ਕੋਰਟ ਵੱਲੋਂ ਉਹਨਾਂ ਨੂੰ ਬਲੈਂਕਟ ਬੇਲ ਦਿੱਤੀ ਗਈ ਹੈ, ਕੋਰਟ ਕਰਕੇ ਹੀ ਸਮੇਤ ਸੈਣੀ ਇਸ ਵਕਤ ਫ੍ਰੀ ਘੁੰਮ ਰਹੇ ਹੈਗੇ ਨੇ ਅਤੇ ਸਿੱਟ ਵੱਲੋਂ ਅੱਜ ਫਿਰ ਕੋਸ਼ਿਸ਼ ਕੀਤੀ ਜਾਵੇਗੀ ਕਿ ਜੋ ਕੁਐਸਚਨਰ ਉਹਨਾਂ ਵੱਲੋਂ ਬਣਾਇਆ ਗਿਆ ਹੈ ਉਹਦੇ ਸਹੀ ਸਹੀ ਜਵਾਬ ਸਮੇਤ ਸੈਣੀ ਦੇ ਸਕਣ ਅਤੇ ਸਿੱਟ ਆਪਣੀ ਇਸ ਫਾਈਂਡਿੰਗ ਆਊਟਸ ਦੀ ਇੱਕ ਰਿਪੋਰਟ ਬਣਾ ਕੇ ਕੋਰਟ ਦੇ ਵਿੱਚ ਜਮ੍ਹਾਂ ਕਰਵਾ ਸਕੇ। ਬਾਕੀ ਦੇਖਦੇ ਹਾਂ ਕਿ ਅੱਜ ਪੂਰੇ ਦਿਨ ਦੇ ਵਿੱਚ ਸਮੇਤ ਸੈਣੀ ਕੋਲੋਂ ਕੀ ਪੁੱਛ ਪੜਤਾਲ ਹੁੰਦੀ ਹੈ ਅਤੇ ਕਿੰਨੇ ਘੰਟੇ ਉਹਨਾਂ ਨੂੰ ਰੱਖਿਆ ਜਾਵੇਗਾ। ਫਿਲਹਾਲ ਸਮੇਤ ਸੈਣੀ 11 ਵਜੇ ਦਾ ਟਾਈਮ ਸੀ ਅਤੇ ਤਕਰੀਬਨ 11:20 'ਤੇ ਉਹ ਇੱਥੇ ਆਏ ਨੇ, ਮਟੌਰ ਥਾਣੇ ਦੇ ਅੰਦਰ ਗਏ ਨੇ ਅਤੇ ਇਨਵੈਸਟੀਗੇਸ਼ਨ ਥੋੜ੍ਹੀ ਦੇਰ ਦੇ ਵਿੱਚ ਸ਼ੁਰੂ ਹੋ ਜਾਵੇਗੀ ਕਿਉਂਕਿ ਤਿੰਨੇ ਹੀ ਅਫਸਰ ਜੋ ਸਿੱਟ ਦੇ ਹੈਗੇ ਨੇ, ਹਰਮਨ ਹੰਸ SP ਜੋ ਕਿ IPS ਅਫਸਰ ਹੈਗੇ ਨੇ, ਸਿੱਟ ਦੇ ਮੁਖੀ ਹੈਗੇ ਨੇ, ਉਹ ਵੀ ਅੰਦਰ ਹੈਗੇ ਨੇ। ਮਟੌਰ ਥਾਣੇ ਦੇ ਰਾਜੀਵ ਕੁਮਾਰ SH ਉਹ ਵੀ ਅੰਦਰ ਹੈਗੇ ਨੇ, DSP ਵਿਕਰਮ ਬਰਾੜ ਵੀ ਅੰਦਰ ਹੈਗੇ ਨੇ। ਸੋ ਪੂਰਾ ਅਮਲਾ ਫੈਲਾ ਇਸ ਵਕਤ ਅੰਦਰ ਦੇ ਅੰਦਰ ਹੈਗਾ ਅਤੇ ਮੌਜੂਦ ਹੈ ਸਮੇਤ ਸੈਣੀ ਕੋਲੋਂ ਪੁੱਛਗਿੱਛ ਕਰਨ ਵਾਸਤੇ, ਉਹ ਇਸ ਵਕਤ ਤਿਆਰ ਬੈਠੇ ਨੇ। ਕੈਮਰਾਮੈਨ ਸੁਨੀਲ ਦੇ ਨਾਲ ਸੁਸ਼ੀਲ ਗਰਚਾ, ਦੈਨਿਕ ਸਵੇਰਾ, ਮੋਹਾਲੀ। All World Open Challenge 17 time gold medalist Mia Rafiq Mohammed Pandit Maulvi Begum Tantrik inna chora thagga to saavdan specialist Vashikaran satta number love marriage pati patni ch anban videsh ch pakka hona karobar da na chalna sirf 31 ghantiyan vich samadhan free free free
ਵੀ ਮੀਆਂ ਰਫੀਕ ਮੁਹੰਮਦ ਮੋਬਾਈਲ 84374 94647 84374 94648।